ਪੀਟੀਸੀ ਨਿਊਜ਼ ਦਾ ਖਾਸ ਧਾਰਮਿਕ ਨਜ਼ਰਾਨਾ ਸਿੱਖ ਸਰਗਰਮੀਆਂ ਲੈ ਕੇ ਮੈਂ ਹਰਪ੍ਰੀਤ ਸਿੰਘ ਤੁਹਾਡਾ ਸਭ ਦਾ ਸਵਾਗਤ ਕਰਦਾ ਜਿਵੇਂ ਕਿ ਤੁਸੀਂ ਜਾਣਦੇ ਹੋ ਇਸ ਪ੍ਰੋਗਰਾਮ ਰਾਹੀਂ ਅਸੀਂ ਆਪਣੇ ਦਰਸ਼ਕਾਂ ਨੂੰ ਸਿੱਖ ਕੌਮ ਦੀਆਂ ਲੰਘੇ ਹਫ਼ਤੇ ਦੀਆਂ ਕੁਝ ਖਾਸ ਧਾਰਮਿਕ ਗਤੀਵਿਧੀਆਂ ਤੋਂ ਜਾਣੂ ਕਰਵਾਉਂਦੇ ਹਾਂ ਇਹਨਾਂ ਗਤੀਵਿਧੀਆਂ ਦੇ ਵਿੱਚ ਖਾਸ ਤੌਰ ਤੇ ਅਸੀਂ ਸਿੱਖ ਮਸਲੇ ਇਤਿਹਾਸਿਕ ਦਿਹਾੜੇ ਤੇ ਦੇਸ਼ ਵਿਦੇਸ਼ ਦੇ ਵਿੱਚ ਹੋ ਰਹੀਆਂ ਧਾਰਮਿਕ ਸਰਗਰਮੀਆਂ ਤੇ ਝਾਤ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੇ ਵਿੱਚ ਕੀ ਅਹਿਮ ਰੋਲ ਨਿਭਾਇਆ ਜਾ ਰਿਹਾ ਉਸ ਬਾਰੇ ਵੀ ਜਾਣਕਾਰੀ ਦਿੰਦੇ ਹਾਂ ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਪੰਥਕ ਹਲਕਿਆਂ ਦੇ ਵਿੱਚ ਚੱਲ ਰਹੀਆਂ ਗਤੀਵਿਧੀਆਂ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਸਮਾਗਮਾਂ ਦੇ ਸਫਲਤਾਪੂਰਵਕ ਅਤੇ ਨਿਰਵਿਘਨਤਾ ਸਹਿਤ ਸੰਪੰਨ ਹੋਣ ਕਰਕੇ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੁਕਰਾਨਾ ਕਰਨ ਦੇ ਲਈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਉੱਥੇ 5 ਜੁਲਾਈ ਨੂੰ ਇਹਨਾਂ ਸਮਾਗਮਾਂ ਨੂੰ ਸਫਲ ਬਣਾਉਣ ਦੇ ਲਈ ਯੋਗਦਾਨ ਪਾਉਣ ਵਾਲੀ ਜਥੇਬੰਦੀਆਂ ਦਾ ਵੀ ਖਾਸ ਤੌਰ ਤੇ ਸਨਮਾਨ ਹੋ ਰਿਹਾ ਹੈ ਸ਼੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਦੀ ਅਰਦਾਸ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਵੱਲੋਂ ਕੀਤੀ ਗਈ ਇਸ ਸੰਬੰਧੀ ਪੱਤਰਕਾਰਾਂ ਦੇ ਨਾਲ ਰੂਬਰੂ ਹੁੰਦਿਆਂ ਉਨ੍ਹਾਂ ਕਿਹਾ ਕਿ 5 ਜੁਲਾਈ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਤਖ਼ਤ ਸਾਹਿਬ ਦੇ ਦਸ਼ਮੇਸ਼ ਹਾਲ ਵਿਖੇ ਹਜ਼ੂਰੀ ਰਾਗੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਣਾ ਇਸ ਉਪਰੰਤ ਸਮਾਗਮ ਮੌਕੇ ਪਹੁੰਚਦਿਆਂ ਮਹਾਨ ਸ਼ਖਸੀਅਤਾਂ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰਨਗੀਆਂ ਕਿ ਸ਼੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਏ ਗਏ ਸਮਾਗਮਾਂ ਦੌਰਾਨ ਜਿਨ੍ਹਾਂ ਸਮੂਹ ਧਾਰਮਿਕ ਸ਼ਖਸੀਅਤਾਂ ਨਿਹੰਗ ਸਿੰਘ ਦਲਾਂ ਧਾਰਮਿਕ ਸਭਾ ਸੁਸਾਇਟੀਆਂ ਸੇਵਾਪੰਥੀ ਸੰਪਰਦਾਵਾਂ ਕਾਰ ਸੇਵਾ ਵਾਲੇ ਸੰਤਾਂ ਮਹਾਂਪੁਰਸ਼ਾਂ ਸਿੱਖ ਵਿਦਵਾਨਾਂ ਅਤੇ ਹੋਰ ਸਹਿਯੋਗੀ ਧਾਰਮਿਕ ਜਥੇਬੰਦੀਆਂ ਵੱਲੋਂ ਜਿਨ੍ਹਾਂ ਨੇ ਵੀ ਇਹਨਾਂ ਸਮਾਗਮਾਂ ਦੌਰਾਨ ਖਾਸ ਸਹਿਯੋਗ ਦਿੱਤਾ ਹੈ ਅਤੇ ਲੰਗਰ ਲਗਾਏ ਨੇ ਉਹਨਾਂ ਸਾਰੇ ਹੀ ਜਥੇਬੰਦੀਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਖਾਸ ਤੌਰ ਤੇ ਸਨਮਾਨਿਤ ਕੀਤਾ ਜਾ ਰਿਹਾ ਹੈ ਅਨੰਦਪੁਰ ਸਾਹਿਬ ਦਾ 350 ਸਾਲਾ ਸਥਾਪਨਾ ਦਿਵਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਜਥੇਦਾਰ ਅਵਤਾਰ ਸਿੰਘ ਜੀ ਸਮੂਹ ਸਿੰਘ ਸਾਹਿਬਾਨ ਸਮੁੱਚੀਆਂ ਧਾਰਮਿਕ ਜਥੇਬੰਦੀਆਂ ਸਾਰੇ ਮਹਾਂਪੁਰਖ ਪੰਜਾਬ ਸਰਕਾਰ ਸਾਰੇ ਸਮੁੱਚੇ ਖਾਲਸਾ ਪੰਥ ਨੇ ਬਹੁਤ ਵੱਡੇ ਪੱਧਰ 'ਤੇ ਬੜੀ ਸ਼ਰਧਾ ਬੜੀ ਭਾਵਨਾ ਦੇ ਨਾਲ 17, 18, 19 ਜੂਨ ਨੂੰ ਇਹ ਮਨਾਵਨਾ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਨੇ ਮਹਾਨ ਕਿਰਪਾ ਕੀਤੀ ਸਾਰੇ ਸਮਾਗਮ ਨਿਰਵਿਘਨ ਸੰਪੂਰਨ ਹੋਏ ਇਸ ਦੇ ਸ਼ੁਕਰਾਨੇ ਵਜੋਂ ਸਰਦਾਰ ਅਵਤਾਰ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਫੈਸਲਾ ਕੀਤਾ ਗਿਆ ਸ਼੍ਰੋਮਣੀ ਕਮੇਟੀ ਦੀ ਐਗਜੈਕਟਿਵ ਕਮੇਟੀ ਮੈਂਬਰਾਂ ਵੱਲੋਂ ਵੀ ਸ਼ੁਕਰਾਨਾ ਕਰਨਾ ਚਾਹੀਦਾ ਮਾਲਕ ਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਉਸ ਸੰਬੰਧ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਸ਼੍ਰੀ ਅਖੰਡ ਪਾਠ ਆਰੰਭ ਹੋਏ ਹਨ ਦਸ਼ਮੇਸ਼ ਹਾਲ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਜਿੰਨੇ ਵੀ ਸਾਧੂ ਸੰਤ ਮਹਾਂਪੁਰਖ ਜਿਨ੍ਹਾਂ ਨੇ ਇੱਥੇ ਲੰਗਰ ਲਗਾਏ ਵੱਖ ਵੱਖ ਸੇਵਾਵਾਂ ਸੰਭਾਲੀਆਂ ਵੱਖ ਵੱਖ ਥਾਵਾਂ ਤੋਂ ਨਗਰ ਕੀਰਤਨ ਲੈ ਕੇ ਆਏ ਜਿੰਨੇ ਸਾਰੇ ਮਹਾਂਪੁਰਖ ਨੇ ਸਾਰੀਆਂ ਸੰਪਰਦਾਵਾਂ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਸਮੂਹ ਨਿਰਮਲ ਭੇਖ ਉਦਾਸੀਨ ਭੇਖ ਸਾਰੇ ਮਹਾਂਪੁਰਖ ਭਾਵੇਂ ਟਕਸਾਲਾਂ ਨੇ ਦਮਦਮੀ ਟਕਸਾਲ ਜਾਂ ਰਾੜਾ ਸੰਪਰਦਾ ਹੋਰ ਜਿੰਨੀਆਂ ਵੀ ਸੰਪਰਦਾ ਜਿੰਨੇ ਮਹਾਂਪੁਰਖ ਨੇ ਸਾਰਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਜਥੇਦਾਰ ਅਵਤਾਰ ਸਿੰਘ ਜੀ ਵੱਲੋਂ ਬੜੇ ਪਿਆਰ ਪ੍ਰੇਮ ਦੇ ਨਾਲ ਇਹ ਸਾਰਿਆਂ ਨੂੰ ਇੱਥੇ ਸੱਦਾ ਦਿੱਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਹੇਠਾਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਹੋਈ ਇਸ ਬੈਠਕ ਦੇ ਵਿੱਚ ਕਈ ਅਹਿਮ ਮਤੇ ਪਾਸ ਕੀਤੇ ਗਏ ਫਤਿਹਗੜ੍ਹ ਸਾਹਿਬ ਵਿਖੇ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਮੁੱਖ ਸਕੱਤਰ ਦਾ ਨਵਾਂ ਅਹੁਦਾ ਤਿਆਰ ਕਰਕੇ 10 ਦਿਨਾਂ ਦੇ ਅੰਦਰ ਅੰਦਰ ਦਰਖਾਸਤਾਂ ਮੰਗੀਆਂ ਜਾਣਗੀਆਂ ਤੇ ਬਕਾਇਦਾ ਨਿਯਮਾਂ ਤੇ ਸ਼ਰਤਾਂ ਮੁਤਾਬਕ ਯੋਗ ਵਿਅਕਤੀ ਦੀ ਨਿਯੁਕਤੀ ਕਰ ਦਿੱਤੀ ਜਾਏਗੀ ਚੀਫ ਸੈਕਟਰੀ ਦੇ ਮਾਮਲੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜੈਕਟਿਵ ਨੇ ਸਭ ਕਮੇਟੀ ਵੱਲੋਂ ਦਿੱਤੀ ਰਿਪੋਰਟ ਦੇ ਮੁਤਾਬਕ ਫੈਸਲਾ ਕੀਤਾ ਕਿ ਚੀਫ ਸੈਕਟਰੀ ਦੀ ਪੋਸਟ ਨੂੰ ਕ੍ਰੀਏਟ ਕੀਤਾ ਜਾਂਦਾ ਔਰ 10 ਦਿਨਾਂ ਦੇ ਅੰਦਰ ਅੰਦਰ ਉਹਨਾਂ ਦੀਆਂ ਐਪਲੀਕੇਸ਼ਨਾਂ ਕੀਤੀਆਂ ਮੰਗੀਆਂ ਜਾਣ ਇਸ਼ਤਿਹਾਰ ਦੇ ਕੇ 10 ਦਿਨਾਂ ਦੇ ਅੰਦਰ ਅੰਦਰ ਰਸੀਵ ਕੀਤੀਆਂ ਜਾਣਗੀਆਂ ਉਸ ਤੋਂ ਬਾਅਦ ਉਹਦੀ ਇੰਟਰਵਿਊ ਰੱਖ ਕੇ ਜਿਹੜਾ ਵੀ ਹੋਏਗਾ ਉਹ ਚੀਫ ਸੈਕਟਰੀ
ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਮੌਕੇ ਆਪਣੀ ਕੁਰਬਾਨੀ ਦੇਣ ਵਾਲੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ ਸ਼ਹੀਦੀ ਦਿਹਾੜੇ ਹਰੇਕ ਰਾਜ ਅਤੇ ਜ਼ਿਲ੍ਹੇ ਦੇ ਸ਼ਹਿਰਾਂ ਤੇ ਪਿੰਡਾਂ ਦੇ ਵਿੱਚ ਵੱਡੇ ਪੱਧਰ ਤੇ ਮਨਾਉਣ ਲਈ ਭਾਰਤ ਸਰਕਾਰ, ਖਾਸ ਕਰ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਗਈ ਹੈ। ਭਾਰਤ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਧਰਮ ਰੱਖਿਅਕ ਹੋਏ ਆ, ਜਿਨ੍ਹਾਂ ਨੇ ਹਿੰਦੁਸਤਾਨ ਦੇ ਵਿੱਚ ਐਡੀ ਵੱਡੀ ਕੁਰਬਾਨੀ ਕਰਕੇ, ਚਲ ਕੇ ਜੰਝੂ ਰਾਖਾ ਪ੍ਰਵਤਾਂ ਕਾ ਕਿਨੋ ਬੜੋ ਕੋਲੋਂ ਮੈਂ ਸਾਖਾ, ਔਰ ਉਹਨਾਂ ਨੇ ਹਿੰਦੂ ਧਰਮ ਦੀ ਰੱਖਿਆ ਲਈ, ਆਪ ਨਿਆਈ ਨਾ ਹੁੰਦੇ ਹੋਏ ਵੀ ਹਿੰਦੂ ਧਰਮ ਦੀ ਰੱਖਿਆ ਲਈ ਬਹੁਤ ਵੱਡੀ ਕੁਰਬਾਨੀ ਕੀਤੀ ਹੈ। ਉਹਨਾਂ ਦੇ ਨਾਲ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਜਾਲਾ ਜੀ ਨੇ ਵੀ ਕੁਰਬਾਨੀ ਕੀਤੀ ਹੈ, ਔਰ ਜ਼ੁਲਮ ਦੇ ਖਿਲਾਫ਼ ਦਿੱਲੀ ਦੇ ਵਿੱਚ ਜਾ ਕੇ ਚਾਂਦਨੀ ਚੌਂਕ ਵਿੱਚ ਸ਼ਹਾਦਤ ਪਾ ਕੇ ਅਤੇ ਬੜੀ ਵੱਡੀ ਉੱਚੀ ਆਵਾਜ਼ ਬੁਲੰਦ ਕੀਤੀ ਸੀ। ਉਸ ਹਿੰਦੁਸਤਾਨ ਦੀ ਸਰਕਾਰ ਨੂੰ ਚਾਹੀਦਾ ਕਿ ਸਾਰੇ ਭਾਰਤ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਸ਼ਹੀਦੀ ਪੁਰਬ ਹੈ, ਉਹਨੂੰ ਵੱਡੇ ਪੱਧਰ 'ਤੇ, ਸਰਕਾਰੀ ਪੱਧਰ 'ਤੇ, ਹਰ ਥਾਂ 'ਤੇ, ਹਰ ਸਟੇਟ ਦੇ ਵਿੱਚ, ਹਰ ਸ਼ਹਿਰ ਦੇ ਵਿੱਚ ਇਹ ਮਨਾਇਆ ਜਾਣਾ ਚਾਹੀਦਾ। ਉਹਨਾਂ ਕਿਹਾ ਕਿ ਜੋ 10ਵੀਂ ਤੇ 12ਵੀਂ ਕਲਾਸ ਦੇ ਵਿਦਿਆਰਥੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠਾਂ ਚੱਲ ਰਹੀਆਂ ਵਿਦਿਅਕ ਸੰਸਥਾਵਾਂ ਵਿੱਚੋਂ ਮੈਰਿਟ 'ਚ ਆਏ ਨੇ, ਉਹਨਾਂ ਵਿਦਿਆਰਥੀਆਂ ਤੇ ਸਟਾਫ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਜਾਏਗਾ। ਬੱਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲਾਂ ਦੇ ਬੱਚੇ 10ਵੀਂ ਅਤੇ ਪਲੱਸ ਟੂ ਦੇ ਵਿੱਚ ਮੈਰਿਟ 'ਚ ਆਏ ਨੇ, ਯੂਨੀਵਰਸਿਟੀ ਲੈਵਲ 'ਤੇ ਜਾਂ ਬੋਰਡ ਲੈਵਲ 'ਤੇ ਆਏ ਨੇ, ਉਹਨਾਂ ਨੂੰ ਸਪੈਸ਼ਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਜਾਏਗਾ, ਉਤਸ਼ਾਹਿਤ ਕੀਤਾ ਜਾਏਗਾ। ਸਟਾਫ ਮੈਂਬਰਸ ਨੂੰ, ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਸਟਾਫ ਮੈਂਬਰਸ ਨੂੰ ਪਿਛਲੇ ਸਮੇਂ 'ਚ ਜਿਹੜੀਆਂ ਕੀਤੀਆਂ ਸੇਵਾਵਾਂ ਨੂੰ ਮੁੱਖ ਰੱਖ ਕੇ, ਹਾਂਜੀ, ਉਹਨਾਂ ਨੂੰ ਇੱਕ ਇੱਕ ਤਰੱਕੀ ਐਡੀਸ਼ਨਲ। ਟਿਕਲੀਗਰ ਬਰਾਦਰੀ ਦੇ ਬੱਚਿਆਂ ਦੀ ਪੜ੍ਹਾਈ ਲਈ 5 ਲੱਖ ਰੁਪਏ ਭੇਜੇ ਗਏ ਨੇ, ਕਿਉਂਕਿ ਹੁਣ ਉਹਨਾਂ ਬੱਚਿਆਂ ਦੀ ਗਿਣਤੀ ਵੱਧ ਗਈ ਹੈ। ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼ਰਧਾਲੂਆਂ ਦੀ ਆਮਦ ਨੂੰ ਵੇਖਦਿਆਂ ਹੋਇਆਂ 200 ਕਮਰਿਆਂ ਦੀ ਸਰਾਏ ਵੀ ਤਿਆਰ ਕੀਤੀ ਜਾਣ ਦਾ ਮਤਾ ਪਾਸ ਕੀਤਾ ਗਿਆ। ਉਹਨਾਂ ਕਿਹਾ ਕਿ ਆਰਗੈਨਿਕ ਖੇਤੀ ਲਈ 10 ਏਕੜ ਜ਼ਮੀਨ ਰਿਜ਼ਰਵ ਕੀਤੀ ਗਈ ਹੈ। ਉਹ ਅੱਗੇ ਹਰ ਸਾਲ ਅਸੀਂ ਭੇਜਦੇ ਹਾਂ, ਹੁਣ ਗਿਣਤੀ ਵੱਧ ਗਈ ਆ, 5 ਲੱਖ ਰੁਪਇਆ ਉਹਨਾਂ ਨੂੰ ਅਸੀਂ ਭੇਜਦੇ ਹਾਂ। 200 ਕਮਰੇ ਦੀ ਸਰਾਂ ਇੱਥੇ ਫਤਿਹਗੜ੍ਹ ਸਾਹਿਬ ਵਿੱਚ ਨਵੀਂ ਬਣਾਈ ਜਾਊਗੀ, ਇਹਦਾ ਫੈਸਲਾ ਕੀਤਾ। ਇੱਕ ਅਸੀਂ ਔਰਗੈਨਿਕ ਖੇਤੀ, ਜੈਵਿਕ ਖੇਤੀ 'ਚ ਪਤਾ ਨਹੀਂ ਕੀ ਕਹਿੰਦੇ ਉਹਨੂੰ, ਕੁਦਰਤੀ ਖੇਤੀ ਲਈ ਅਸੀਂ 10 ਏਕੜ ਜ਼ਮੀਨ ਜਿਹੜੀ ਆ ਰਿਜ਼ਰਵ ਕਰਨ ਲੱਗੇ ਹਾਂ। ਜੌਨਸਨ ਯੂਨੀਵਰਸਿਟੀ ਨਿਊਯਾਰਕ ਤੇ ਕੋਲੰਬੀਆ ਯੂਨੀਵਰਸਿਟੀ ਨਿਊਯਾਰਕ ਦੇ ਵੱਲੋਂ ਪੰਜਾਬ ਦੇ ਸਿੱਖ ਇਤਿਹਾਸ ਤੇ ਰਿਸਰਚ ਕਰਨ ਦੇ ਲਈ ਇੱਕ ਵਫਦ ਅੰਮ੍ਰਿਤਸਰ ਪਹੁੰਚਿਆ, ਜਿਸ ਤੋਂ ਬਾਅਦ ਇਹ ਵਫਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚਿਆ ਤੇ ਨਤਮਸਤਕ ਹੋਇਆ। ਇਸ ਮੌਕੇ ਤੇ SGPC ਪ੍ਰਧਾਨ ਅਵਤਾਰ ਸਿੰਘ ਨੇ ਸਾਰਿਆਂ ਨੂੰ ਸਿਰੋਪਾਏ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਮੁਖੀ ਡਾਕਟਰ ਬਲਵੰਤ ਸਿੰਘ ਢਿੱਲੋਂ ਨੇ ਕਿਹਾ ਕਿ ਵਿਦੇਸ਼ਾਂ ਦੇ ਵਿੱਚ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਡਾਕਟਰ ਜੌਨਸਨ ਅਤੇ ਡਾਕਟਰ ਰਾਣੀ ਚੌਧਰੀ ਵੱਲੋਂ 3 ਹਫ਼ਤਿਆਂ ਦਾ ਇੱਕ ਪ੍ਰੋਗਰਾਮ ਤਿਆਰ ਕੀਤਾ ਗਿਆ, ਜਿਸ ਵਿੱਚ ਉੱਥੋਂ ਦੇ ਸਿੱਖਕਾਂ ਨੂੰ ਪੰਜਾਬੀ ਭਾਸ਼ਾ, ਸਿੱਖ ਇਤਿਹਾਸ ਤੇ ਪੰਜਾਬ ਦੇ ਸੱਭਿਆਚਾਰ ਦੇ ਬਾਰੇ ਜਾਣਕਾਰੀ ਦਿੱਤੀ ਜਾਏਗੀ ਤੇ ਉਹਨਾਂ ਨੂੰ ਪੰਜਾਬੀ ਭਾਸ਼ਾ ਵੀ ਸਿਖਾਈ ਜਾਏਗੀ, ਤਾਂ ਜੋ ਵਿਦੇਸ਼ਾਂ ਦੇ ਵਿੱਚ ਸਿੱਖਾਂ ਤੇ ਹੋ ਰਹੇ ਨਸਲੀ ਹਮਲਿਆਂ ਤੇ ਰੋਕ ਲਗਾਈ ਜਾ ਸਕੇ। ਜੌਨਸਨ ਯੂਨੀਵਰਸਿਟੀ ਨਿਊਯਾਰਕ ਐਂਡ ਕੋਲੰਬੀਆ ਯੂਨੀਵਰਸਿਟੀ ਨਿਊਯਾਰਕ ਦੇ ਵੱਲੋਂ ਇਹ ਪ੍ਰੋਗਰਾਮ ਐਕਸਪਲੋਰਿੰਗ ਪੰਜਾਬ ਹਿਸਟਰੀ, ਲੈਂਗੁਏਜ ਐਂਡ ਕਲਚਰ ਦੇ ਸੰਬੰਧੀ ਇੱਕ ਕੋਰਸ ਤਿਆਰ ਕੀਤਾ ਗਿਆ, ਜੋ ਡਾਕਟਰ ਜੌਨਸਨ ਔਰ ਡਾਕਟਰ ਰਾਣੀ ਚੌਧਰੀ ਨੇ ਅਮੈਰੀਕਾ ਤੋਂ ਬੈਠ ਕੇ ਇਸ ਦੇ ਬਾਰੇ ਇੱਕ ਫੁੱਲ ਬ੍ਰਾਈਟ ਫਾਊਂਡੇਸ਼ਨ ਨੂੰ ਇਸ ਦੇ ਬਾਰੇ ਪ੍ਰੇਰਿਤ ਕੀਤਾ ਕਿ ਸਿੱਖਾਂ ਦੇ ਸੰਬੰਧ ਵਿੱਚ ਬਹੁਤ ਸਾਰੀਆਂ ਗਲਤ ਫਹਿਮੀਆਂ ਨੇ, ਉਹਨਾਂ ਨਾਲ ਕਈ ਵਾਰੀ ਨਸਲੀ ਵਿਤਕਰਾ ਵੀ ਹੁੰਦਾ ਹੈ, ਅਤੇ ਇਸ ਸੰਬੰਧ ਦੇ ਵਿੱਚ ਜਿੱਥੇ ਸਾਡੇ ਸਿੱਖ ਭਾਈਚਾਰੇ ਦੇ ਵਿਦਿਆਰਥੀ ਸਕੂਲਾਂ 'ਚ ਜ਼ਿਆਦਾ ਗਿਣਤੀ 'ਚ ਪੜ੍ਹਦੇ ਨੇ, ਉੱਥੋਂ ਦੇ ਅਧਿਆਪਕਾਂ ਨੂੰ ਚੁਣ ਕੇ ਇੱਥੇ ਲਿਆਂਦਾ ਜਾਵੇ ਪੰਜਾਬ ਦੇ ਵਿੱਚ, ਅਤੇ ਉਹਨਾਂ ਨੂੰ ਪੰਜਾਬ ਦੇ ਇਤਿਹਾਸ ਬਾਰੇ, ਸਿੱਖ ਧਰਮ ਬਾਰੇ ਔਰ ਸਿੱਖ ਸੱਭਿਆਚਾਰ ਬਾਰੇ ਜਾਣਕਾਰੀ ਦਿੱਤੀ ਜਾਵੇ, ਉਸ ਤੋਂ ਇਲਾਵਾ ਉਹਨਾਂ ਨੂੰ ਪੰਜਾਬੀ ਵੀ ਸਿਖਾਈ ਜਾਵੇ। ਇਸ ਦੇ ਲਈ ਇਹ 3 ਹਫ਼ਤੇ ਦਾ ਕੋਰਸ ਆਯੋਜਿਤ ਕੀਤਾ ਗਿਆ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਹੋਸਟ ਕੀਤਾ ਜਾਵੇਗਾ। ਇਸ ਦੌਰਾਨ ਡਾਕਟਰ ਜੌਨਸਨ ਤੇ ਡਾਕਟਰ ਰਾਣੀ ਚੌਧਰੀ ਨੇ ਕਿਹਾ ਕਿ ਪੰਜਾਬ ਦੇ ਅਮੀਰ ਵਿਰਸੇ ਤੇ ਖਾਸ ਤੌਰ ਤੇ ਗੁਰੂ ਸਾਹਿਬਾਨਾਂ ਦੇ ਬਾਰੇ ਵਿਦੇਸ਼ਾਂ ਦੇ ਵਿੱਚ ਜੋ ਭ੍ਰਾਂਤੀਆਂ ਨੇ ਉਹਨਾਂ ਨੂੰ ਦੂਰ ਕਰਨ ਦੇ ਲਈ ਹੀ ਇਹ ਪ੍ਰੋਗਰਾਮ ਕੀਤਾ ਗਿਆ, ਜੋ ਕਿ ਖਾਸਾ ਅਹਿਮ ਰਹੇਗਾ। The culture and the language
of Punjab. And we brought 12 teachers with us, and Dr. Rani Chowdhury was instrumental in assisting me to put the program together. We're very happy to be here, and we're looking forward to working at Guru Nanak Dev University, where we'll learn more information about Punjab and the Punjabi language and culture and Sikhism, so that we can go back to the United States and share our knowledge with other teachers and other schools, so that we would be better and more effective educators for our Punjabi speakers in our school system. Today, teachers ne aaj itthe aaye hoye, not only ki inhane apne aap jo sikhya hai, sikhna hai ya itthe feel karna hai, oh hi karna hai. Tusi imagine karo ki inne kinni dur jana hai. Is vision ne kinni generations de vich Punjabi culture, Punjabi sahitya, sikhan da religion, and these teachers are going to smell, feel, talk, walk with the Punjabis, and the way they will understand and take it with them, I don't think any book can teach them. And we were very honored to be here. We are honored that Fulbright gave us this opportunity. We are very honored that Guru Nanak Dev University hosts us. And above all, we are honored what we had today. So these blessings will take us a long way, and we are very happy to be here. SGPC ਪ੍ਰਧਾਨ ਅਵਤਾਰ ਸਿੰਘ ਨੇ ਡਾਕਟਰ ਬਲਬੰਤ ਸਿੰਘ ਤੇ ਉਹਨਾਂ ਦੇ ਸਹਿਯੋਗੀਆਂ ਤੇ ਇਸ ਉਦਮ ਦੀ ਖਾਸੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਆਏ ਦਿਨ ਵਿਦੇਸ਼ਾਂ ਵਿੱਚ ਹੋ ਰਹੇ ਨਸਲੀ ਹਮਲੇ ਨੂੰ ਰੋਕਣ ਦੇ ਲਈ ਜਿੱਥੇ SGPC ਭਾਰਤ ਸਰਕਾਰ ਦੇ ਸਹਿਯੋਗ ਨਾਲ ਵਿਦੇਸ਼ੀ ਸਰਕਾਰਾਂ ਨੂੰ ਸਿੱਖ ਦੀ ਪਹਿਚਾਣ ਦੇ ਬਾਰੇ ਜਾਣਕਾਰੀ ਦੇ ਰਹੀ ਹੈ, ਉੱਥੇ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਨਾਲ ਸਿੱਖਾਂ ਦੇ ਬਾਰੇ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਜੋ ਗਲਤਫਹਿਮੀਆਂ ਪੈਦਾ ਹੋਈਆਂ ਨੇ ਉਹਨਾਂ ਨੂੰ ਦੂਰ ਕੀਤਾ ਜਾ ਸਕੇਗਾ। ਅਮਰੀਕਾ ਤੋਂ ਜਿਹੜਾ ਡੈਲੀਗੇਸ਼ਨ ਆਇਆ ਇਹ ਡਾਕਟਰ ਬਲਵੰਤ ਸਿੰਘ ਢਿੱਲੋਂ ਦੀਆਂ ਤੇ ਡਾਕਟਰ ਜੀ ਐਸ ਕੰਗ ਦੀਆਂ ਬਹੁਤ ਐਫਰਟਸ ਦੇ ਸਦਕਾ, ਬੜੀ ਮਿਹਨਤ ਸਦਕਾ ਡਾਕਟਰ ਵਾਈ ਜੌਨਸਨ ਐਂਡ ਡਾਕਟਰ ਰਾਣੀ ਚੌਧਰੀ ਦੇ ਸਹਿਯੋਗ ਨਾਲ ਇਹ ਜਿਹੜਾ ਇਹ ਡੈਲੀਗੇਸ਼ਨ ਇੱਥੇ ਆਇਆ ਔਰ ਇਹ ਸਿੱਖ ਸੱਭਿਆਚਾਰ, ਸਿੱਖ ਕਲਚਰ, ਸਿੱਖ ਧਰਮ ਨੂੰ ਸਮਝਣ ਲਈ, ਪੰਜਾਬੀ ਭਾਸ਼ਾ ਨੂੰ ਸਮਝਣ ਲਈ ਅਤੇ ਸਿੱਖਾਂ ਦੀ ਜਿਹੜੀ ਹੋਂਦ ਹੈ ਜਾਂ ਸਿੱਖਾਂ ਦਾ ਜੋ ਪਹਿਚਾਣ ਹੈ ਉਹਨੂੰ ਸਮਝਣ ਲਈ ਇਹ ਡੈਲੀਗੇਸ਼ਨ ਇੱਥੇ ਆਇਆ। ਮੈਂ ਸਮਝਦਾ ਕਿ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਲਈ। ਛੋਟੇ ਜਿਹੇ ਬ੍ਰੇਕ ਲਈ ਤੁਰ ਰਿਹਾ, ਬ੍ਰੇਕ ਤੋਂ ਬਾਅਦ ਚੱਲਦਾ ਹਾਂ ਸਰ ਨੇ। ਇਸੇ ਮਹੀਨੇ ਗੁਰੂਨਗਰੀ ਵਿੱਚ ਸ਼ੁਰੂ ਹੋਣ ਜਾ ਰਹੀ ਕੇਂਦਰ ਦੀ ਵਕਾਰੀ ਸੰਸਥਾ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਵਿੱਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੀ ਰਿਹਾਇਸ਼ ਦੇ ਲਈ ਚੀਫ਼ ਖਾਲਸਾ ਦੀਵਾਨ ਵੱਲੋਂ ਆਪਣੀ ਇੱਕ ਇਮਾਰਤ ਦੀ ਪੇਸ਼ਕਸ਼ ਕੀਤੀ ਗਈ ਹੈ, ਜਿਸ ਨੂੰ ਕੇਂਦਰ ਤੋਂ ਆਈ ਟੀਮ ਨੇ ਤਕਰੀਬਨ ਪ੍ਰਵਾਨ ਕਰ ਲਿਆ। ਚੀਫ਼ ਖਾਲਸਾ ਦੀਵਾਨ ਦੀ ਇਹ ਇਮਾਰਤ ਕਵਾਲ ਮੰਡੀ ਇਲਾਕੇ ਦੇ ਵਿੱਚ ਕੁਝ ਸਮਾਂ ਪਹਿਲਾਂ ਹੀ ਉਸਾਰੀ ਗਈ ਸੀ। 5 ਮੰਜ਼ਿਲਾ ਇਸ ਇਮਾਰਤ ਵਿੱਚ ਅਜੋਕੇ ਸਮੇਂ ਦੀ ਹਰ ਸਹੂਲਤ ਮੌਜੂਦ ਹੈ। ਸੰਸਥਾ ਵੱਲੋਂ ਇਹ ਇਮਾਰਤ ਵਿਰਤ ਘਰ ਵਜੋਂ ਉਸਾਰੀ ਗਈ ਸੀ, ਜਿਸ ਵਿੱਚ ਬੇਸਹਾਰਾ ਬਜ਼ੁਰਗਾਂ ਦੀ ਰਿਹਾਇਸ਼ ਰੱਖੀ ਜਾ ਰਹੀ ਹੈ। ਚੀਫ਼ ਖਾਲਸਾ ਦੀਵਾਨ ਦੇ ਮੁਖੀ ਚਰਨਜੀਤ ਸਿੰਘ ਚੱਫਾ ਨੇ ਇਸ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਸੰਸਥਾ ਲਈ ਫਖਰ ਵਾਲੀ ਗੱਲ ਹੈ ਕਿ ਇੰਨੇ ਵੱਡੇ ਇੰਸਟੀਚਿਊਟ ਦੀ ਸ਼ੁਰੂਆਤ ਅੰਮ੍ਰਿਤਸਰ ਦੇ ਵਿੱਚ ਹੋ ਰਹੀ ਹੈ ਤੇ ਇਸਦੇ ਲਈ ਸੰਸਥਾ ਆਪਣੀ ਇਮਾਰਤ ਨੂੰ ਹੋਸਟਲ ਵਜੋਂ ਇੰਸਟੀਚਿਊਟ ਨੂੰ ਦੇ ਰਹੀ ਹੈ। ਉਹਨਾਂ ਕਿਹਾ ਕਿ ਸੰਸਥਾ ਦੀ ਇਮਾਰਤ ਅਜੋਕੇ ਸਮੇਂ ਦੀਆਂ ਸਾਰੀਆਂ ਸੁਵਿਧਾਵਾਂ ਦੇ ਨਾਲ ਤਿਆਰ ਹੈ। ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਇਸ ਇਮਾਰਤ ਦੇ ਹਰ ਮੰਜ਼ਿਲ ਦੇ ਵਿੱਚ 24 ਕਮਰੇ ਨੇ, ਜਿਸ ਨਾਲ ਬਾਥਰੂਮ ਅਟੈਚ ਹੈ। ਉਹਨਾਂ ਮੁਤਾਬਿਕ ਜਦੋਂ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਮਿਲੀ ਸੀ ਕਿ ਇੰਸਟੀਚਿਊਟ ਦੇ ਵਿਦਿਆਰਥੀਆਂ ਲਈ ਹੋਸਟਲ ਲਈ ਇਮਾਰਤ ਦੀ ਲੋੜ ਹੈ, ਤਾਂ ਉਹਨਾਂ ਸਭ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤੱਕ ਪਹੁੰਚ ਕਰਕੇ ਆਪਣੀ ਇਮਾਰਤ ਦੇਣ ਦੀ ਗੱਲ ਕਹੀ ਸੀ, ਜਿਸ ਤੋਂ ਬਾਅਦ ਇੱਥੇ ਆਈ ਕੇਂਦਰੀ ਟੀਮ ਨੇ ਵੀ ਇਸ ਨੂੰ ਪ੍ਰਵਾਨ ਕਰ ਲਿਆ। ਉਹਨਾਂ ਕਿਹਾ ਕਿ ਅਗਲੇ ਮਹੀਨੇ ਦੀ 1 ਤਾਰੀਖ ਤੱਕ ਇਮਾਰਤ ਦੇ ਸਾਰੇ ਕਮਰਿਆਂ ਦੇ ਵਿੱਚ ਫਰਨੀਚਰ ਲਗਾ ਕੇ ਪੂਰੀ ਤਰ੍ਹਾਂ ਤਿਆਰ ਕਰ ਦਿੱਤਾ ਜਾਏਗਾ। ਅਸੀਂ ਤੇ ਸਿਰਫ ਇਸ ਮੰਤਵ ਨਾਲ ਜਗ੍ਹਾ ਦੇ ਰਹੇ ਸੀ ਕਿ ਇੰਸਟੀਚਿਊਟ ਅੰਮ੍ਰਿਤਸਰ ਗੁਰੂ ਦੀ ਨਗਰੀ ਵਿੱਚ ਹੀ ਬਣੇ। ਮੈਨੂੰ ਇਹ ਦੱਸਣ ਬੜੀ ਖੁਸ਼ੀ ਪ੍ਰਾਪਤ ਹੋ ਰਹੀ ਹੈ ਕਿ ਕਾਫੀ ਸਾਡੀਆਂ ਨਜ਼ਦੀਕੀਆਂ ਹਿਊਮਨ ਰਿਸੋਰਸਿਸ ਡਿਵੈਲਪਮੈਂਟ ਮਿਨਿਸਟਰ
ਜਿਨ੍ਹਾਂ ਨੇ ਆਪਣੀ ਇੱਕ ਟੀਮ ਭੇਜੀ ਸੀ ਉਹਨਾਂ ਨਾਲ ਕੱਲ੍ਹ ਇੱਕ ਮੀਟਿੰਗ ਕੀਤੀ ਗਈ ਅਤੇ ਉਹ ਵੀ ਜਗ੍ਹਾ ਦੇਖ ਕੇ ਬਹੁਤ ਪ੍ਰਸੰਨ ਹੋਏ ਗੁਰੂ ਨੇ ਬਖਸ਼ਿਸ਼ ਕੀਤੀ ਅਤੇ ਪਹਿਲੀ ਤੋਂ ਪਹਿਲਾਂ ਪਹਿਲਾਂ ਪਹਿਲੀ ਮਤਲਬ ਅਗਸਤ ਤੋਂ ਪਹਿਲਾਂ ਪਹਿਲਾਂ ਇਹ ਤਿਆਰ ਕਰਕੇ ਅਤੇ ਅਥਾਰਟੀਜ਼ ਨੂੰ ਹੈਂਡਓਵਰ ਕਰ ਦਿਆਂਗੇ ਕਿਰਾਏ ਬਾਰੇ ਗੱਲਬਾਤ ਕਰਦਿਆਂ ਉਹਨੇ ਕਿਹਾ ਕਿ ਸੰਸਥਾ ਸਰਕਾਰੀ ਮਾਪਦੰਡਾਂ ਦੇ ਮੁਤਾਬਿਕ ਹੀ ਕਿਰਾਇਆ ਹਾਸਲ ਕਰੇਗੀ ਜਿਹੜਾ ਸਰਕਾਰ ਦਾ ਕੋਈ ਸਿਸਟਮ ਹੈ ਇਹਨਾਂ ਦਾ ਕਿਉਂਕਿ ਕਈ ਕਾਲਜ ਬਣਾਏ ਅਤੇ ਕਈ ਕਾਲਜ ਹੋਰ ਬਣਾ ਰਹੇ ਹਨ ਕੋਈ ਸਿਸਟਮ ਹੈ ਇਹਨਾਂ ਦਾ ਕਿ ਪਰ ਸਕੇਅਰ ਫੀਟ ਰੈਂਟ ਇਹਨਾਂ ਦਾ ਹੈ ਬਿਜਲੀ ਦੇ ਚਾਰਜਿਸ ਵੱਖਰੇ ਦੇਣੇ ਹਨ ਇਹਨਾਂ ਨੇ ਲਿਫਟ ਦੇ ਚਾਰਜਿਸ ਵੱਖਰੇ ਦੇਣੇ ਹਨ ਇਹਨਾਂ ਨੇ ਜੋ ਜੋ ਵੀ ਸਰਵਿਸ ਲੈਣਗੇ ਉਸ ਸਰਵਿਸ ਦਾ ਉਹਨਾਂ ਨੇ ਪੇ ਕਰਨਾ ਹੈ ਸ਼ਡਿਊਲ ਉਹਨਾਂ ਦਾ ਆਲਰੇਡੀ ਅਪਰੂਵਡ ਹੈ ਅਤੇ ਅਸੀਂ ਵੀ ਪੂਰਾ ਸਹਿਯੋਗ ਦੇਣਾ ਚਾਹੁੰਦੇ ਹਾਂ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਪੈਗੰਬਰਾਂ ਅਤੇ ਸੰਤਾਂ ਦੀ ਧਰਤੀ ਹੈ ਤੇ ਇੱਥੇ ਸਮੇਂ ਸਮੇਂ ਤੇ ਇਹ ਸਭ ਆ ਕੇ ਦੁਨੀਆਂ ਨੂੰ ਸੱਚ ਦੀ ਪਹਿਚਾਣ ਕਰਵਾਉਂਦੇ ਰਹੇ ਨੇ ਅਜਿਹੇ ਹੀ ਇੱਕ ਸੰਤ ਦੁਨੀਆਂ ਤੇ ਆਏ ਸਨ ਜਿਨ੍ਹਾਂ ਦਾ ਨਾਮ ਸੀ ਬਾਬਾ ਜਵੰਤ ਸਿੰਘ ਜੀ ਬਾਬਾ ਜਵੰਤ ਸਿੰਘ ਜੀ ਸੰਗਤਾਂ ਨੂੰ ਹਮੇਸ਼ਾ ਹੀ ਨਾਮ ਬਾਣੀ ਦੇ ਨਾਲ ਜੋੜਦੇ ਰਹੇ ਬਾਬਾ ਜਵੰਤ ਸਿੰਘ ਜੀ ਸੰਗਤਾਂ ਨੂੰ ਆਪਸੀ ਭੇਦਭਾਵ ਮਿਟਾ ਕੇ ਪਰਮਾਤਮਾ ਨਾਲ ਜੋੜਨ ਕਿਰਤ ਕਰਨ ਦਾ ਉਪਦੇਸ਼ ਦੇਣਗੇ ਬਾਬਾ ਜਵੰਤ ਸਿੰਘ ਜੀ ਦਾ ਜਨਮ 5 ਸਾਵਨ 1880 ਨੂੰ ਪਿੰਡ ਭਗਵਾਂ ਵਿਖੇ ਮਾਈ ਖੇਮੀ ਦੀ ਕੁੱਖੋਂ ਤੇ ਸਰਦਾਰ ਨੱਥਾ ਸਿੰਘ ਦੇ ਘਰ ਹੋਇਆ ਬਾਲ ਅਵਸਥਾ ਦੇ ਵਿੱਚ ਆਪ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਸਨ ਅਤੇ ਜੋ ਵੀ ਵਚਨ ਆਪਣੀ ਰਸਨਾ ਵਿੱਚ ਉਚਾਰਦੇ ਉਹ ਸੱਚ ਹੋ ਜਾਂਦਾ ਆਪ ਜੀ ਦਾ ਵਿਆਹ 17 ਸਾਲ ਦੀ ਉਮਰ ਵਿੱਚ ਤਲਵੰਡੀ ਬਟਾਲਾ ਵਿਖੇ ਹੋਇਆ ਆਪ ਜੀ ਦੇ ਸਹੁਰਾ ਪਿਤਾ ਗੰਡਾ ਸਿੰਘ ਨੇ ਆਪ ਜੀ ਨੂੰ ਦਿੱਲੀ ਪੁਲਿਸ ਦੇ ਵਿੱਚ ਭਰਤੀ ਕਰਵਾ ਦਿੱਤਾ ਨੌਕਰੀ ਦੌਰਾਨ ਹੀ ਬਾਬਾ ਜਵੰਤ ਸਿੰਘ ਜੀ ਗੁਰਦੁਆਰਾ ਸੀਸਗੰਜ ਵਿਖੇ ਆਸਾਂ ਦੀ ਵਾਰ ਦਾ ਕੀਰਤਨ ਕਰਿਆ ਕਰਦੇ ਸਨ ਸੰਗਤਾਂ ਬਾਬਾ ਜੀ ਦਾ ਰਸੀਲਾ ਕੀਰਤਨ ਸੁਣਨ ਦੇ ਲਈ ਦੂਰ ਦੁਰਾਡੇ ਤੋਂ ਆਉਂਦੀਆਂ ਪ੍ਰਭੂ ਚਰਨਾਂ ਦੀ ਖਿੱਚ ਕਰਕੇ ਆਪ ਨੌਕਰੀ ਛੱਡ ਕੇ ਬੂਟਾ ਸਿੰਘ ਠੇਕੇਦਾਰ ਨਾਲ ਗੁਰਦੁਆਰਾ ਰਾਵਲ ਪਿੰਡੀ ਚਲੇ ਗਏ ਅਤੇ ਬਾਅਦ ਵਿੱਚ ਫਿਰੋਜ਼ਪੁਰ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਆ ਗਏ ਇੱਥੇ ਆਪ ਜੀ ਦਾ ਮਿਲਾਪ ਬਾਬਾ ਨੰਦ ਸਿੰਘ ਜੀ ਨਾਨਕਸਰ ਵਾਲਿਆਂ ਨਾਲ ਹੋਇਆ ਅਤੇ ਦੋਹੇ ਮਹਾਂਪੁਰਸ਼ ਇਕੱਠੇ ਭਗਤੀ ਕਰਦੇ ਰਹੇ ਬਾਅਦ ਦੇ ਵਿੱਚ ਬਾਬਾ ਜਵੰਤ ਸਿੰਘ ਜੀ ਰਾਜਾ ਸਾਂਸੀ ਆ ਗਏ ਤੇ ਭਗਤੀ ਕਰਨੀ ਸ਼ੁਰੂ ਕਰ ਦਿੱਤੀ ਉਹ ਜਗ੍ਹਾ ਅੱਜ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਵਿੱਚ ਸਥਿਤ ਹੈ ਆਪ ਸੰਗਤਾਂ ਨੂੰ ਨਾਮ ਜਪਾਉਣ ਹਿਤ ਬਾਰਾਮੂਲਾ ਕਸ਼ਮੀਰ ਵੀ ਗਏ ਅਤੇ ਸੰਤ ਆਇਆ ਸਿੰਘ ਹੋਤੀ ਮਰਦਾਨ ਵਾਲੇ ਵੀ ਆਪ ਜੀ ਦਾ ਕੀਰਤਨ ਬਹੁਤ ਧਿਆਨ ਨਾਲ ਸੁਣਿਆ ਕਰਦੇ ਸਨ ਬਾਬਾ ਜਵੰਤ ਸਿੰਘ ਜੀ ਸੰਗਤਾਂ ਨੂੰ ਨਾਮ ਜਪਣ ਕੀਰਤ ਕਰਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਪੂਰਨ ਭਰੋਸਾ ਰੱਖਣ ਦਾ ਉਪਦੇਸ਼ ਦਿੰਦੇ ਸਨ 18 ਹਾੜ 1922 ਨੂੰ ਸੱਚਖੰਡ ਚਾ ਬਿਰਾਜੇ ਉਹਨਾਂ ਦੀ ਯਾਦ ਵਿੱਚ ਰਾਜਾ ਸਾਂਸੀ ਹਵਾਈ ਅੱਡੇ ਦੇ ਘੇਰੇ ਅੰਦਰ ਏਅਰਪੋਰਟ ਅਥਾਰਿਟੀ ਵੱਲੋਂ ਬਣਾਈ ਗਈ ਪ੍ਰਬੰਧਕ ਕਮੇਟੀ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਸਤਸੁਰ ਸਾਹਿਬ ਬਣਾਇਆ ਗਿਆ ਇੱਥੇ ਲਗਾਤਾਰ ਗੁਰਬਾਣੀ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ ਸ਼ਰਧਾਵਾਨ ਲੋਕ ਇਸੇ ਜਗ੍ਹਾ ਤੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਂਦੇ ਨੇ ਇੱਥੇ ਅੱਜ ਕੱਲ੍ਹ ਸੰਗਤਾਂ ਵਾਸਤੇ ਏਅਰਪੋਰਟ ਅਥਾਰਿਟੀ ਵੱਲੋਂ ਗੁਰਦੁਆਰਾ ਸਾਹਿਬ ਅੰਦਰ ਜਾਣ ਲਈ ਵੱਖਰਾ ਗੇਟ ਲਗਾਇਆ ਗਿਆ ਜੋ ਸਵੇਰੇ 6 ਵਜੇ ਤੋਂ 8:30 ਵਜੇ ਤੱਕ ਖੁੱਲ੍ਹਦਾ ਹੈ ਤੇ ਸੰਗਰਾਂਦ ਵਾਲੇ ਦਿਨ ਸਵੇਰੇ 8 ਤੋਂ ਦੁਪਹਿਰ 12 ਵਜੇ ਤੱਕ ਖੁੱਲ੍ਹਦਾ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਇੱਥੇ ਨਤਮਸਤਕ ਹੁੰਦੀਆਂ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਜਵੰਤ ਸਿੰਘ ਜੀ ਦੀ ਸਾਲਾਨਾ 93 ਵਰਸੀ ਹਵਾਈ ਅੱਡਾ ਅਥਾਰਿਟੀ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਲਾਕਾ ਨਿਵਾਸੀਆਂ ਵੱਲੋਂ 18 ਹਾੜ ਨੂੰ ਗੁਰਦੁਆਰਾ ਸੰਸਰ ਹਵਾਈ ਅੱਡਾ ਰਾਜਾ ਸਾਂਸੀ ਵਿਖੇ ਸ਼ਰਧਾ ਸਤਿਕਾਰ ਦੇ ਨਾਲ ਮਨਾਏ ਗਏ ਇਸ ਦੌਰਾਨ ਪੰਥ ਪ੍ਰਸਿੱਧ ਰਾਗੀ ਢਾਡੀ ਤੇ ਕਥਾਵਾਚਕਾਂ ਨੇ ਆਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਨ ਦਾ ਉਦਮ ਕੀਤਾ ਇਹ ਇੱਥੇ ਜਿਹੜਾ ਇੰਟਰਨੈਸ਼ਨਲ ਏਅਰਪੋਰਟ ਦੇ ਅੰਦਰ ਗੁਰਦੁਆਰਾ ਸਾਹਿਬ ਆ ਔਰ ਬਹੁਤ ਹੀ ਲੋਕਾਂ 'ਚ ਸ਼ਰਧਾ ਅਤੇ ਆਸਥਾ ਲੱਖਾਂ ਦੀ ਤਾਦਾਦ ਜਿਹੜੀ ਆ ਉਹ ਦੁਨੀਆ ਆਈ ਆ ਔਰ ਅਣਗਿਣਤ ਜਿਹੜੇ ਆ ਉਹ ਇੱਥੇ ਲੋਕ ਆਏ ਨੇ ਪਤਾ ਨਹੀਂ ਲੱਗ ਰਿਹਾ ਇੰਨੀ ਗਰਮੀ 'ਚ ਕੋਈ ਜਿਹੜਾ ਇਸ ਗੱਲ ਨੂੰ ਮਹਿਸੂਸ ਨਹੀਂ ਕਰ ਰਿਹਾ ਔਰ ਇੱਥੇ ਜਿਹੜਾ ਸਿਕਿਉਰਿਟੀ ਦੇ ਪਰਪਜ਼ ਨਾਲ ਜਿਹੜਾ ਗੁਰਦੁਆਰਾ ਸਾਹਿਬ ਉਹ 2 ਵਾਰੀ ਬੰਦ ਕਰ ਦਿੱਤਾ ਗਿਆ ਸੀ ਪਰ ਜਦੋਂ ਉਡਾਨਾਂ ਦੇ ਜਿਹੜੇ ਪਾਇਲਟ ਉਹਨਾਂ ਦੱਸਿਆ ਕਿ ਸਾਨੂੰ ਰਨਵੇ ਨਜ਼ਰ ਨਹੀਂ ਆਉਂਦਾ
ਇਸ ਕਰਕੇ ਸੈਂਟਰ ਸਰਕਾਰ ਨੂੰ ਸੰਗਤਾਂ ਨੇ ਬੇਨਤੀ ਕੀਤੀ, ਇੱਥੋਂ ਦੇ ਪ੍ਰਬੰਧਕਾਂ ਨੇ ਬੇਨਤੀ ਕੀਤੀ ਅਤੇ ਉਹਨਾਂ ਨੂੰ ਮਨਜ਼ੂਰ ਕਰਦੇ ਹੋਏ ਰੋਜ਼ਾਨਾ 8:30 ਵਜੇ ਤੱਕ ਗੁਰਦੁਆਰਾ ਸਾਹਿਬ ਖੋਲ੍ਹਿਆ ਜਾਂਦਾ ਹੈ। ਔਰ ਮੇਲੇ 'ਤੇ ਹੁਣ 3 ਦਿਨ ਹੋ ਗਏ ਆ ਲਗਾਤਾਰ, ਗੁਰਦੁਆਰਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਖੁੱਲ੍ਹ ਰਿਹਾ ਹੈ। ਇੰਟਰਨੈਸ਼ਨਲ ਏਅਰਪੋਰਟ ਆ, ਇੱਥੇ ਲੋਕ ਸੰਗਤਾਂ ਹਜ਼ਾਰਾਂ ਲੱਖਾਂ ਦੀ ਤਾਦਾਦ 'ਚ ਆਉਂਦੀਆਂ ਨੇ ਔਰ ਬਹੁਤ ਵੱਡੀਆਂ ਮਨੋਕਾਮਨਾ ਜਿਹੜੀਆਂ ਸੰਗਤਾਂ ਦੀਆਂ ਪੂਰੀਆਂ ਹੁੰਦੀਆਂ ਨੇ, ਕਿਉਂਕਿ ਬ੍ਰਹਮ ਗਿਆਨੀ ਬਾਬਾ ਜਵਾਨ ਸਿੰਘ ਅਤੇ ਬਾਬਾ ਆਨੰਦ ਸਿੰਘ ਜੀ ਇਹਨਾਂ ਦੀ ਇਕੱਠੀ ਭਗਤੀ ਸੀ ਔਰ ਇੱਥੇ ਆਣ ਕੇ ਉਹਨਾਂ ਨੇ ਇਸ ਜਿੱਥੇ ਭਾਗ ਲਾਏ ਨੇ ਰਾਇਆਸੀ ਦੀ ਧਰਤੀ ਨੂੰ, ਉੱਥੇ ਹੀ ਇੱਥੇ ਇੱਥੋਂ ਦੀਆਂ ਸੰਗਤਾਂ ਵਾਸਤੇ ਬਹੁਤ ਵੱਡਾ ਜਿਹੜਾ ਉਹ ਵਰਦਾਨ ਆ। ਬਰਸੀ ਸਮਾਗਮਾਂ ਨੂੰ ਮੁੱਖ ਰੱਖਦਿਆਂ 2 ਜੁਲਾਈ ਨੂੰ ਗੁਰਦੁਆਰਾ ਸਾਹਿਬ ਦਾ ਗੇਟ ਸਵੇਰੇ 6 ਵਜੇ ਤੋਂ ਸ਼ਾਮ 8 ਵਜੇ ਤੱਕ ਸੰਗਤਾਂ ਦੇ ਨਤਮਸਤਕ ਕਰਨ ਦੇ ਲਈ ਖੁੱਲ੍ਹਿਆ ਰਿਹਾ। ਇਸ ਸਮਾਗਮ ਦੇ ਵਿੱਚ ਪਹੁੰਚੇ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਥਾਪਨਾ ਦਿਹਾੜੇ ਦੀ ਵਧਾਈ ਦਿੰਦਿਆਂ ਹੋਇਆਂ ਕਿਹਾ ਕਿ ਪੂਰੀ ਦੁਨੀਆਂ ਵਿੱਚ ਨਾਨਕ ਨਾਮ ਲੇਵਾ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੱਸੇ ਰਾਹ 'ਤੇ ਚੱਲਣ ਦੀ ਲੋੜ ਹੈ। ਉਹਨਾਂ ਕਿਹਾ ਕਿ ਬਾਬਾ ਚਵਨ ਸਿੰਘ ਜੀ ਦੀ ਯਾਦ ਵਿੱਚ ਇੱਕ ਸੁੰਦਰ ਇਮਾਰਤ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਮਹਾਂਪੁਰਖਾਂ ਦੀ ਯਾਦ ਵਿੱਚ ਇੱਕ ਗੁਰਮੁਖ ਧਾਰਮਿਕ ਸਮਾਗਮ ਕਰਵਾਇਆ ਜਾਂਦਾ ਹੈ, ਜਿਸ ਵਿੱਚ ਗੁਰੂ ਦੇ ਕੀਰਤਨੀਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਏ ਨੇ, ਉੱਥੇ ਅਸੀਂ ਵੀ ਗੁਰਮਤਿ ਵਿਚਾਰ ਕਰਨ ਆਏ ਨੇ। ਉਹਨਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਜਿਵੇਂ ਮਹਾਂਪੁਰਖ ਪ੍ਰਭੂ ਦਾ ਨਾਮ ਜਪ ਕੇ ਆਪਣਾ ਜੀਵਨ ਸਫਲਾ ਕਰਦੇ ਨੇ, ਉਸੇ ਤਰ੍ਹਾਂ ਸਾਨੂੰ ਵੀ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ। ਰਾਜਾ ਸਾਂਸੀ ਏਅਰਪੋਰਟ ਜੋ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਮ 'ਤੇ ਜਿਹਨੂੰ ਆਪਾਂ ਇੰਟਰਨੈਸ਼ਨਲ ਏਅਰਪੋਰਟ ਦੇ ਰੂਪ ਵਿੱਚ ਜਾਣਦੇ ਹਾਂ, ਉੱਥੇ ਸਤਿਕਾਰਯੋਗ ਬਾਬਾ ਜਵਾਨ ਸਿੰਘ ਜੀ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਜਿਸ ਦੇ ਸੰਗਤਾਂ ਅੱਜ ਦਰਸ਼ਨ ਕਰ ਰਹੀਆਂ ਨੇ। ਪ੍ਰਬੰਧਕਾਂ ਵੱਲੋਂ ਹਰ ਸਾਲ ਹੀ ਇਸ ਸਥਾਨ ਵਿਖੇ ਮਹਾਂਪੁਰਖਾਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਕਰਵਾਇਆ ਜਾਂਦਾ ਹੈ। ਅੱਜ ਉਸੇ ਦੌਰਾਨ ਹੀ ਜਿੱਥੇ ਗੁਰੂ ਕੇ ਕੀਰਤਨੀਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਕਰਨ ਵਾਸਤੇ ਪਹੁੰਚੇ ਨੇ, ਉੱਥੇ ਗੁਰਮਤਿ ਵਿਚਾਰਾਂ ਕਰਨ ਵਾਸਤੇ ਅਸੀਂ ਇਸ ਸਥਾਨ ਵਿਖੇ ਆਏ ਹਾਂ। ਸੋ ਸਮੁੱਚੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਜਿਵੇਂ ਪਰਮੇਸ਼ਰ ਦਾ ਨਾਮ ਜਪ ਕੇ ਪ੍ਰਭੂ ਦੀ ਭਗਤੀ ਕਰਕੇ ਮਹਾਂਪੁਰਖ ਆਪਣਾ ਜੀਵਨ ਸਫਲਾ ਕਰ ਗਏ ਨੇ, ਇਸੇ ਤਰ੍ਹਾਂ ਸਾਨੂੰ ਵੀ ਆਪਣਾ ਜਿਹੜਾ ਜੀਵਨ ਹੈ ਉਹ ਸਫਲਾ ਕਰਨਾ ਚਾਹੀਦਾ ਹੈ। ਸੁਰੱਖਿਆ ਦੇ ਮੱਦੇਨਜ਼ਰ ਅਸੀਂ ਤੁਹਾਨੂੰ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਬਾਹਰਲੀਆਂ ਤਸਵੀਰਾਂ ਨਹੀਂ ਦਿਖਾ ਸਕਦੇ, ਕਿਉਂਕਿ ਇਹ ਦੁਨੀਆਂ ਦਾ ਪਹਿਲਾ ਅਜਿਹਾ ਗੁਰਦੁਆਰਾ ਸਾਹਿਬ ਹੈ ਜੋ ਹਵਾਈ ਅੱਡੇ ਦੇ ਰਨਵੇ ਦੇ ਨਾਲ ਬਣਿਆ ਹੋਇਆ ਅਤੇ ਇੱਥੇ ਹਜ਼ਾਰਾਂ ਸੰਗਤਾਂ ਹਰ ਰੋਜ਼ ਨਤਮਸਤਕ ਹੁੰਦੀਆਂ ਨੇ। ਇਸ ਖਾਸ ਪੇਸ਼ਕਸ਼ ਦੇ ਵਿੱਚ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੇ ਦਰਸ਼ਕਾਂ ਨੂੰ ਅਹਿਮ ਗਤੀਵਿਧੀਆਂ, ਸਿੱਖ ਇਤਿਹਾਸ ਅਤੇ ਚਲੰਤ ਮੁੱਦਿਆਂ ਤੋਂ ਜਾਣੂ ਕਰਵਾ ਸਕੀਏ। ਕੋਈ ਵੀ ਵਿਚਾਰ, ਕੋਈ ਵੀ ਸੁਝਾਅ ਇਸ ਪ੍ਰੋਗਰਾਮ ਸੰਬੰਧੀ ਦੇਣਾ ਚਾਹੁੰਦੇ ਹੋ ਤਾਂ ਸਾਡਾ ਈਮੇਲ ਪਤਾ ਨੋਟ ਕਰ ਲਓ। ਸਾਡਾ ਈਮੇਲ ਪਤਾ feedback@ptcnetwork.tv। ਅਗਲੇ ਹਫ਼ਤੇ ਖਾਸ ਪ੍ਰੋਗਰਾਮ ਸਿੱਖ ਸਰਗਰਮੀਆਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।